ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਦਲ ਖਾਲਸਾ ਜਥੇਬੰਦੀ ਦੇ ਜਨਰਲ ਸਕੱਤਰ ਸਰਦਾਰ ਸਬਜੀਤ ਸਿੰਘ ਕਮਾਨ ਜੀ ਨਾਲ, ਜਿਹੜੇ ਕਿ ਅੰਮ੍ਰਿਤਸਰ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਕੀ ਫਤਿਹ ਜੀ। ਜੀ ਵੀਰ ਜੀ, ਤੁਸੀਂ ਜਾਣਦੇ ਕਿ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਕਾਰਨ ਸਿੱਖਾਂ ਦੇ ਤਿੱਖੇ ਰੋਸ ਅਤੇ ਸਮਾਜਿਕ ਬਾਈਕਾਟ ਦਾ ਸਾਹਮਣਾ ਕਰ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪਿਛਲੇ ਦਿਨੀ 5 ਤਖਤਾਂ ਦੇ ਜਥੇਦਾਰਾਂ ਨੇ ਮਾਫ਼ ਕਰ ਦਿੱਤਾ ਹੈ। ਇਸ ਫੈਸਲੇ ਸੰਬੰਧੀ ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਹੜਾ ਸਾਰਾ ਘਟਨਾਕ੍ਰਮ ਆ, ਇਹ ਸਿਆਸਤ ਤੋਂ ਪ੍ਰੇਰਿਤ ਵਾ। ਹਾਂਜੀ, ਬਾਦਲ ਪਰਿਵਾਰ ਨੇ ਇਹ ਖੇਡ ਜਿਹੜੀ ਆ ਖੇਡੀ ਆ, ਜਿਹਦੇ ਚ ਸਿੱਖ ਜਜ਼ਬਾਤਾਂ ਦੀ ਬਲੀ ਦਿੱਤੀ ਗਈ ਆ। 2007 ਤੋਂ ਇਸ ਡੇਰੇ ਨੇ ਸਿੱਖਾਂ ਨੂੰ ਚੜਾਉਣ ਦੇ ਵਿੱਚ, ਸਿੱਖਾਂ ਨੂੰ ਜਲੀਲ ਕਰਨ ਦੇ ਵਿੱਚ, ਸਿੱਖਾਂ ਉੱਤੇ ਧੱਕਾਸ਼ਾਹੀ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਮਾਲਵੇ ਦੇ ਵਿੱਚ ਬੇਅੰਤ ਸਿੱਖ ਪਰਿਵਾਰਾਂ ਦੇ ਨੌਜਵਾਨ ਜੇਲ੍ਹਾਂ ਚ ਸੜੇ, ਲੋਕਾਂ ਨੂੰ ਸੜਕਾਂ ਉੱਤੇ ਪੁਲਿਸ ਤੋਂ ਡਾਂਗਾਂ ਖਾਣੀਆਂ ਪਈਆਂ, ਔਰ ਇਹਨਾਂ ਡੇਰਾ ਸਰਸਾ ਵਾਲਿਆਂ ਦੇ ਸਮਰਥਕਾਂ ਨੇ ਸਰਕਾਰੀ ਸ਼ਹਿ ਉੱਤੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਪਿਆ ਸਿੱਖ ਪਰਿਵਾਰਾਂ ਦਾ। ਔਰ ਇਹ ਉਹ ਡੇਰਾ ਜਿਵੇਂ ਕੱਲਾ 2007 ਦੇ ਵਿੱਚ ਜਿਹੜਾ ਐਕਟ ਕੀਤਾ ਦਸ਼ਮੇਸ਼ ਪਾਤਸ਼ਾਹ ਦਾ, ਔਰ ਖੰਡੇ ਬਾਟੇ ਦੀ ਜਿਹੜੀ ਪੋਲ ਆ, ਅੰਮ੍ਰਿਤ ਸੰਸਕਾਰ ਆ ਸਾਡਾ, ਉਹਦਾ ਉਹਦੀ ਮਜ਼ਾਕ ਗੱਲਾਂ ਉਡਾਉਣ ਦਾ ਜਿਹੜਾ ਹੈਗਾ ਗੱਲ, ਕੱਲੀ ਓਨੀ ਨੀ ਰਹੀ, ਉਹਦੀ ਗੱਲ ਇਹਨਾਂ ਨੇ ਉਸ ਤੋਂ ਬਾਅਦ ਵਿੱਚ ਯਾਦ ਹੋਣਾ ਸੰਗਤਾਂ ਨੂੰ ਕਿ ਇੱਕ ਵਾਰੀ ਕੀਰਤਨ ਦੀ ਪਰੰਪਰਾ ਦੇ ਵੀ ਬੜੀ ਇਹਨਾਂ ਨੇ ਖਿੱਲੀ ਉਡਾਈ ਸੀਗੀ। ਗੁਰਬਾਣੀ ਦੇ ਸ਼ਬਦ ਇੱਕ ਗ੍ਰੰਥੀ ਤੋਂ ਕੀਰਤਨੀਆਂ ਤੋਂ ਗੁਰੂ ਆਪਣੇ ਜਿਹੜਾ ਡੇਰਾ ਸਰਸਾ ਦਾ ਮੁਖੀ ਆ ਉਹਦੇ ਵੱਲੋਂ ਹੱਥ ਕਰ ਕਰਕੇ ਗਾਏ ਗਏ। ਤੇ ਇਸ ਤਰੀਕੇ ਨਾਲ ਗੁਰਬਾਣੀ ਦੀ, ਸਾਡੇ ਧਰਮ ਦੀ, ਸਾਡੇ ਜਜ਼ਬਾਤਾਂ ਦੀ ਖਿੱਲੀ ਇਹ ਲੋਕ ਲਗਾਤਾਰ ਉਡਾਉਂਦੇ ਰਹੇ, ਔਰ ਇਹ ਜਾਣੇ ਅਣਜਾਣੇ ਨੀ, ਇਹ ਪੂਰਾ ਸੋਚ ਸਮਝ ਕੇ ਚਿੱਖੋ ਕਰੋ ਕੀ ਕਰਦੇ ਹੋ ਸਾਡੇ ਵੱਲ, ਭਾਰਤੀ ਹਕੂਮਤ ਆ, ਭਾਰਤੀ ਸਟੇਟ ਆ, ਅਸੀਂ ਤੁਹਾਡੇ ਇਸ ਤਰ੍ਹਾਂ ਹੀ ਖਿੱਲੀ ਉਡਾਵਾਂਗੇ। ਹੁਣ ਵੋਟਾਂ ਦਾ ਮਸਲਾ ਜਦੋਂ ਆਇਆ, ਉਦੋਂ ਬਾਦਲ ਪਰਿਵਾਰ ਨੂੰ ਇਹਨਾਂ ਦੀਆਂ ਵੋਟਾਂ ਦੀ ਲੋੜ ਸੀ, ਔਰ ਜਿੰਨਾ ਕੁ ਮੀਡੀਆ ਦੇ ਵਿੱਚ ਆਇਆ ਵੀ ਪਿਛਲੀ ਲੋਕ ਸਭਾ ਚੋਣ ਜਿਹੜੀ 2014 ਚ ਹੋਈ ਆ, ਉਦੋਂ ਇਹਨਾਂ ਦੀ ਸੈਟਿੰਗ ਹੋਈ ਸੀ, ਪਰ ਉਹ ਸੈਟਿੰਗ ਉਦੋਂ ਵੋਟਾਂ ਦੇ ਬਿਲਕੁਲ ਐਨ ਮੌਕੇ ਤੇ ਹੋਈ, ਹੋਣ ਕਰਕੇ ਇਹਨਾਂ ਨੂੰ ਲਾਭ ਨੀ ਮਿਲਿਆ ਉਹਨਾਂ ਦਾ। ਤੇ ਹੁਣ ਉਹ ਸਮਝੌਤਾ ਜਿਹੜਾ ਇਹਨਾਂ ਦਾ ਉਹ ਨੇਪਰੇ ਚੜਿਆ, ਤੇ ਉਹਦੇ ਵਿੱਚ ਇਹਨਾਂ ਨੇ ਬਿਨਾਂ ਕਿਸੇ ਨੂੰ, ਇਹਨਾਂ ਨੂੰ ਪਤਾ ਸੀਗਾ ਵੀ ਖਾਲਸਾ ਪੰਥ ਜਿਹੜਾ ਹੈਗਾ ਬੜਾ ਇਹਨਾਂ ਤੋਂ ਮਾਨਸਿਕ ਸੰਤਾਪ ਚੱਲ ਰਿਹਾ ਵਾ, ਇਸ ਕਰਕੇ ਇਹਨਾਂ ਨੂੰ ਚੋਰੀ ਛੁਪੇ ਹੀ ਇਹ ਕੰਮ ਕਰਨਾ ਪੈਣਾ ਸੀਗਾ ਜੀ। ਤੋ ਇਹਦੇ ਵਿੱਚ ਜਿਹੜਾ ਗੁਰਮੁਖ ਸਿੰਘ ਜਥੇਦਾਰ ਲਾਇਆ ਦਮਦਮਾ ਸਾਹਿਬ ਦਾ, ਹਾਂਜੀ, ਉਹਨੇ ਆਪਦਾ ਸਭ ਤੋਂ ਭੈੜਾ ਰੋਲ ਨਿਭਾਇਆ ਉਹਦੇ ਡੇਰੇ ਚ, ਉਹਦੇ ਘਰ ਦੇ ਵਿੱਚ ਕਹਿੰਦੇ ਆ ਮੀਟਿੰਗਾਂ ਹੁੰਦੀਆਂ ਰਹੀਆਂ ਨੇ। ਉਸ ਤੋਂ ਬਾਅਦ ਵਿੱਚ ਗੁਰਭਜਨ ਸਿੰਘ ਆ, ਇਹਨੇ ਨੀ ਕਿਸੇ ਨੂੰ ਪੁੱਛਿਆ ਦੱਸਿਆ, ਔਰ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈਗਾ ਕਿ ਖਾਲਸਾ ਪੰਥ ਪਹਿਲੇ ਇਹਨਾਂ ਦੇ ਇਹੋ ਜਿਹੇ ਹੋਰ ਪੱਤਰਕਾਰਾਂ ਤੋਂ ਬੜਾ ਦੁਖੀ ਹੈ, ਪਰ ਇਹਨਾਂ ਨੇ ਕੋਈ ਪਰਵਾਹ ਨੀ ਕੀਤੀ, ਇਹਨਾਂ ਨੇ ਸਿਰਫ ਬਾਦਲ ਦਾ ਹੁਕਮ ਵਜਾਇਆ, ਤੇ ਰਿਜ਼ਲਟ ਇਹ ਹੈਗਾ ਕਿ ਸਮੁੱਚਾ ਸਿੱਖ ਜਗਤ ਹੱਕਾ ਬੱਕਾ ਰਹਿ ਗਿਆ। ਹਾਂਜੀ, ਔਰ ਇਹਨਾਂ ਨੂੰ ਇੰਨਾ ਡਰ ਸੀਗਾ, ਜਦੋਂ ਇਹਨਾਂ ਨੇ ਪ੍ਰੈਸ ਨੂੰ ਵੀ ਦੱਸਿਆ, ਇਹਨਾਂ ਨੇ ਟੂ ਦੀ ਪੁਆਇੰਟ ਜੀ ਗੱਲ ਕਰਕੇ ਇਹਨਾਂ ਨੇ ਜਵਾਬ ਦੇਣ ਦੀ ਬਜਾਏ ਅੰਦਰ ਨੂੰ ਭੱਜ ਗਏ, ਉਦੋਂ ਤੋਂ ਲੁਕੇ ਬੈਠੇ ਨੇ, ਇਹ ਪੰਥ ਦੇ ਜਥੇਦਾਰ ਕਹਾਉਂਦੇ ਆ। ਤੇ ਜੇ ਇਹਨਾਂ ਦਾ ਏਡਾ ਹੀ ਫੈਸਲਾ ਸਹੀ ਆ, ਪੰਥ ਦੇ ਹਿੱਤਾਂ ਵਿੱਚ ਵਾ, ਸਿੱਖ ਜਗਤ ਦੀ ਚੜ੍ਹਦੀ ਕਲਾ ਵਾਲਾ ਫੈਸਲਾ ਵਾ ਇਹਨਾਂ ਨੇ ਜੇ ਕੀਤਾ, ਫਿਰ ਇਹ ਲੁਕੇ ਕਾਹਤੋਂ ਫਿਰਦੇ ਆ ਸਾਹਮਣੇ ਆ ਕੇ ਗੱਲ ਕਰਨ ਜੀ। ਤੇ ਅੱਜ ਦੀ ਤਰੀਕ ਵਿੱਚ ਪੂਰਾ ਸਿੱਖ ਸਮਾਜ ਇਹਨਾਂ ਤੋਂ ਪੂਰਾ ਸਤਿਆ ਪਿਆ, ਔਰ ਉਧਰੋਂ ਬਾਦਲ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਆਪਦੇ ਹਰ ਬੰਦੇ ਨੂੰ ਉਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਹੋਇਆ ਕਿ ਅਖਬਾਰਾਂ ਦੇ ਵਿੱਚ ਇਹੋ ਜਿਹੇ ਬਿਆਨ ਦਿਓ ਜਿਹਦੇ ਨਾਲ ਇਹ ਲੱਗਣ ਲੱਗ ਜਾਵੇ ਕਿ ਨਹੀਂ ਜੀ, ਥੋੜੇ ਬਹੁਤੇ ਸਿੱਖੀ ਆ ਚਾਹੇ, ਪਰ ਉਹਦੇ ਦੇ ਹੱਕ ਚ ਵੀ ਨੇਗੇ। ਅੱਜ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਇਹਨਾਂ ਨੇ ਦੁਪਹਿਰੋਂ 1 ਵਜੇ ਦਰਬਾਰ ਸਾਹਿਬ ਦੇ ਵਿੱਚ ਬੁਲਾਈ ਆ, ਉੱਥੇ ਆਪਣਾ ਜਿਹੜਾ ਹੱਕ ਟੋਕਾ ਇਹਨਾਂ ਦਾ ਬਾਦਲ ਆ ਮੱਕੜ ਆ, ਉਹਦੇ ਤੋਂ ਇਹ ਮਤਾ ਵੀ ਪਾਸ ਕਰਾ ਸਕਦੇ ਆ ਕਿ ਸ਼੍ਰੋਮਣੀ ਕਮੇਟੀ ਇਹਦੇ ਹੱਕ ਚ ਆ। ਪਰ ਇਹ ਗੱਲ ਬੜੀ ਤਸੱਲੀ ਵਾਲੀ ਆ ਕਿ ਇਹਨਾਂ ਸਿੰਘ ਸਾਹਿਬਾਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਵੀ ਨੇ, ਜਿਹੜੇ ਇਹਨਾਂ ਦੇ ਨੇੜਲੇ ਬਿਲਕੁਲ ਇਹਨਾਂ ਦੇ ਸਦਾ ਨਾਲ ਖੜਨ ਵਾਲੇ ਲੋਕ ਰਹੇ ਨੇ, ਬਾਦਲ ਦਲ ਦੇ ਨਾਲ ਵਿਚਰਦੇ ਰਹੇ ਲੋਕ ਨੇ, ਸੰਤ ਸਮਾਜ ਆ, ਫੈਡਰੇਸ਼ਨ ਮਹਿਤਾ, ਇਹਨਾਂ ਸਾਰਿਆਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ। ਬਿਲਕੁਲ ਵੱਡੀ ਪੱਧਰ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਨੇ ਔਰ ਅਕਾਲੀ ਦਲ ਨਾਲ ਸੰਬੰਧਿਤ ਬਹੁਤ ਸਾਰੇ ਜਿਹੜੇ ਲੋਕ ਨੇਗੇ, ਉਹਨਾਂ ਨੂੰ ਵੀ ਬੜਾ ਝਟਕਾ ਲੱਗਿਆ ਕਿ ਇਹਦੇ ਨਾਲ ਗਰਕੀ ਹੋਈ ਗੱਲ ਤਾਂ ਕੋਈ ਹੋ ਹੀ ਨੀ ਸਕਦੀ। ਸੋ ਇਹ ਸਾਨੂੰ ਤਸੱਲੀ ਹੈ ਕਿ ਸਿੱਖ ਜਗਤ ਜਿਹੜਾ ਹੈਗਾ ਉਹ ਆਪਣੇ ਇਸ ਗੱਲ ਦੇ ਉੱਤੇ ਜਿਵੇਂ ਪ੍ਰਤੀਕਿਰਿਆ ਕਰ ਰਿਹਾ, ਇੱਕ ਪਾਸੇ ਅਸੀਂ ਤਖਤਾਂ ਦਾ, ਅਕਾਲ ਤਖ਼ਤ ਸਾਹਿਬ ਦਾ, ਸਿੱਖ ਪਰੰਪਰਾ ਦਾ, ਸਿੱਖਾਂ ਦੇ ਜਿਹੜੇ ਆਦਰਸ਼ ਨੇ ਉਹਨਾਂ ਦਾ ਖਿਆਲ ਰੱਖਦਿਆਂ ਹੋਇਆ, ਅਸੀਂ ਪੂਰੀ ਪਾਕ ਵਿਵਸਥਾ ਦਾ ਖਿਆਲ ਰੱਖਦਿਆਂ ਹੋਇਆ ਆਪਦਾ ਵਿਰੋਧ ਵੀ ਦਰਜ ਕਰਵਾ ਰਹੀ ਹੈ ਸੰਗਤ, ਤੇ ਨਾਲ ਦੀ ਨਾਲ ਇਹ ਚਾਹੁੰਦੇ ਨੇ ਕਿ ਇਸ ਮਾਨਸਿਕ ਸੰਤਾਪ ਦੇ ਵਿੱਚੋਂ ਅਸੀਂ ਚੰਗੇ ਤਰੀਕੇ ਨਾਲ ਨਿਕਲੀਏ। ਦੁਖੀ ਬਹੁਤ ਆ ਕੌਮ, ਪਰ ਜਿਹੜਾ ਹੈਗਾ ਸਾਰਾ ਵਿਰੋਧ ਪ੍ਰਦਰਸ਼ਨ ਉਹ ਵੀ ਸਲੀਕੇ ਤਰੀਕੇ ਦੇ ਨਾਲ ਕਰ ਰਹੇ ਹਾਂ।
जी। तो वीर जी, जिस श्री अकाल तख्त साहिब जी का ही हुक्म से कि सरसे वाले पखंडी साहब का डट के विरोध करो और उसका सोशल बायकट किया जाए, थोड़ी पंथ थोड़ी जथेबंदी है उसने भी इस चीज का विरोध किया, काफी सारे साडे सिंह हज तक सजावां भुगत रहे ने, काफी ने जाना भी गई है, तुसी भी इस चीज दे विच इनवॉल्व रहे हो, तुहानू की लगता है कि जिहड़ी इस तरह ने इन्हें इन्नी वड्डी गलती की है, जिस बंदे नूं माफ कर दिता है, साडी बेइज्जती करवाई इन्होंने, तुहानू की लगता है कि सिख कौम कदी भी इन्हां नूं इस चीज दे लई माफ करेगी और आने वाले दिनों दे विच पंथक जथेबंदियां थोड़ी जथेबंदी जी हम कठी हुई है इस संबंधी की उपराले करेगी? ਅਸੀਂ ਅੱਜ ਦੁਪਹਿਰੋਂ ਹੁਣ ਤੋਂ 4 ਘੰਟੇ ਬਾਅਦ ਦਰਬਾਰ ਸਾਹਿਬ ਇਕੱਠੇ ਹੋ ਰਹੇ ਹਾਂ। ਜਿਹੜਾ ਸਿੱਖ ਸੰਗਤ ਦਾ ਸਿੱਖ ਨੌਜਵਾਨ ਆ ਉਹ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈਗਾ ਕਿ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਬਹੁਤ ਹੀ ਅੰਦਰ ਇੱਕ ਕੌਮ ਦੇ ਉਸਲ ਵੱਟੇ ਜੇ ਲੈ ਰਹੇ, ਅੰਦਰ ਉਹ ਦਰਦ ਬੜਾ, ਪੇਨ ਬੜਾ, ਹੋਰ ਵੀ ਬਹੁਤ ਸਾਰੀਆਂ ਅਨਿੱਤ ਘਟਨਾਵਾਂ ਵਾਪਰ ਰਹੀਆਂ, ਕੌਮ ਦੀ ਸਮੁੱਚੀ ਜਿਹੜੀ ਸਥਿਤੀ ਆ ਉਹ ਬੜੀ ਔਖੀ ਜੀ ਹੈਗੀ ਆ। ਜੀ ਉਹ ਅੱਜ ਵੀ ਅਸੀਂ ਸੱਦਾ ਦਿੱਤਾ ਹੈਗਾ ਤੇ ਦੁਪਹਿਰੋਂ ਅਸੀਂ 12 ਵਜੇ ਉੱਥੇ ਇਕੱਠੇ ਹੋਣਾ ਔਰ ਸਾਰੀ ਸੰਗਤ ਬੈਠ ਕੇ ਪਹਿਲਾਂ ਤਾਂ ਇਸ ਮਸਲੇ ਬਾਰੇ ਇਸ ਉੱਤੇ ਜਿਹੜਾ ਆਪਣੇ ਮਨ ਦੇ ਵਿੱਚ ਦਰਦ ਵਾ, ਪੇਨ ਆ, ਜਿਹੜੀ ਪੀੜ ਆ, ਜਿਹੜਾ ਸੰਤਾਪ ਆ, ਉਹਨੂੰ ਅਸੀਂ ਉੱਥੇ ਇਜ਼ਹਾਰ ਕਰਾਂਗੇ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਬੈਠ ਕੇ, ਫਿਰ ਅਰਦਾਸ ਕਰਨੀ ਹੈ ਸੱਜੇ ਪਾਤਸ਼ਾਹ ਵਾਹਿਗੁਰੂ ਦੇ ਮੂਹਰੇ ਔਰ ਜਿਹੜੀ ਰਣਨੀਤੀ ਆ ਉਹ, ਕਿਉਂਕਿ ਅਸੀਂ ਇਹਨਾਂ ਦਾ ਉਜੱਡ ਪਾਉਣਾ ਦਿਖਾਤਾ, ਇਹਨਾਂ ਨੂੰ ਇਹੀ ਵਹਿਮ, ਇਹੀ ਭਰਮ, ਇਹੀ ਇਹਨਾਂ ਦੀ ਢਾਲ ਆ ਕਿ ਅਸੀਂ ਹੈਗੇ ਹਾਂ ਅਕਾਲ ਤਖ਼ਤ ਦੇ ਜਥੇਦਾਰ ਤੇ ਸਾਨੂੰ ਕਿਸੇ ਨੇ ਕੀ ਕਹਿ ਲੈਣਾ। ਹਾਂਜੀ, ਉਹ ਜਿਹੜੀ ਅਸੀਂ ਵੀ ਨਹੀਂ ਚਾਹੁੰਦੇ ਹੈਗੇ ਕਿ ਸਾਡੇ ਜਜ਼ਬਾਤਾਂ ਦੇ ਪ੍ਰਗਟਾਵਾ ਮੌਕੇ ਤੇ ਇਦਾਂ ਦੀ ਕੋਈ ਮਾੜੀ ਗੱਲ ਸਾਡੇ ਕੋਲੋਂ ਹੋ ਜਾਵੇ ਜਿਹਦੇ ਨਾਲ ਅਸੀਂ ਬਾਅਦ ਵਿੱਚ ਆਪਣੇ ਆਪ ਤੇ ਹੀ ਸ਼ਰਮਿੰਦੇ ਹੋਈਏ, ਤੋ ਅਸੀਂ ਬੜੇ ਸੋਚ ਸਮਝ ਕੇ ਠਰਮੇ ਨਾਲ ਵਿਚਾਰ ਦੇ ਨਾਲ ਜਿਹੜੀ ਰਣਨੀਤੀ ਬਣਾ ਕੇ ਅੱਗੇ ਤੁਰਾਂਗੇ ਅਸੀਂ, ਜਿਹੜੀਆਂ ਕੁਛ ਤਰ੍ਹਾਂ ਇਸ ਮਸਲੇ ਦੇ ਉੱਤੇ ਸਿਆਸਤ ਖੇਡਣਾ ਚਾਹੁੰਦੀਆਂ ਨੇ ਅਸੀਂ ਉਹਨਾਂ ਤੋਂ ਵੀ ਸੁਚੇਤ ਰਹਿਣਾ, ਕਿਉਂਕਿ ਜਿੱਥੇ ਬਾਦਲ ਪਰਿਵਾਰ ਸਿਆਸਤ ਖੇਡ ਰਿਹਾ ਉੱਥੇ ਕੁਛ ਬੰਦੇ ਚਾਹੁੰਦੇ ਨੇਗੇ ਕਿ ਅਸੀਂ ਵੀ ਇਹੋ ਜਿਹੀ ਖੇਡ ਦੇ ਵਿੱਚ ਖੇਡੀਏ, ਪਰ ਸਾਡਾ ਸਾਰੇ ਦਾ ਸਾਰਾ ਜਿਹੜਾ ਇਸ ਟਾਈਮ ਸਿੱਖ ਕੌਮ ਦਾ ਨਜ਼ਰੀਆ, ਪੰਥ ਦਾ ਨਜ਼ਰੀਆ, ਉਹ ਧਾਰਮਿਕ ਜਜ਼ਬਾਤਾਂ ਦੀ ਤਰਜਮਾਨੀ ਕਰਨ ਦਾ ਹੈਗਾ ਤੇ ਅਸੀਂ ਜ਼ਿੰਮੇਵਾਰੀ ਦੇ ਨਾਲ ਇਹ ਸਾਰਾ ਕੁਛ ਕਰਾਂਗੇ ਤੇ ਜਿਹੜਾ ਸਮੁੱਚੀ ਸਿੱਖ ਕੌਮ ਆ ਹਾਂਜੀ ਉਹਨੂੰ ਅਸੀਂ ਇਹ ਭਰੋਸਾ ਤੇ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਾਡੇ ਵਿੱਚ ਵਿਸ਼ਵਾਸ ਰੱਖੋ, ਅਸੀਂ ਇੱਥੇ ਪੰਜਾਬ ਦੇ ਵਿੱਚ ਬੈਠੇ ਹਾਂ, ਖਾਸ ਤੌਰ ਤੇ ਤੁਹਾਡੇ ਆਪਣੇ TV84 ਦੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਜਿਹੜਾ ਹੈਗਾ ਇੱਥੋਂ ਆਪਣੀ ਜ਼ਿੰਮੇਵਾਰੀ ਜਿਹੜੀ ਹੈਗੀ ਜਿਸ ਤਰੀਕੇ ਨਾਲ ਪਰਾਂ ਬੈਠ ਕੇ ਨਿਭਾ ਰਹੇ ਹੋ, ਇੱਥੇ ਅਸੀਂ ਵੀ ਕੋਈ ਕਸਰ ਨਹੀਂ ਛੱਡਾਂਗੇ ਔਰ ਇਹ ਜਿਹੜਾ ਗਲਤ ਇਹਨਾਂ ਨੇ ਕੀਤਾ ਹੈਗਾ ਇਹਦਾ ਕੱਲਾ ਵਿਰੋਧ ਨਹੀਂ, ਇਹਨੂੰ ਠੀਕ ਕਰਨ ਤੇ ਇੱਕ ਜੰਗ ਨੂੰ ਜਿਹੜਾ ਹੈਗਾ ਉਹ ਜਾਰੀ ਰੱਖਿਆ ਜਾਊਗਾ ਔਰ ਜਿਹੜੇ ਇਹ ਲੋਕ ਨੇਗੇ ਇਹਨਾਂ ਨੂੰ ਕਿਸੇ ਪਾਸੇ ਇਤਿਹਾਸ ਵਿੱਚ ਢੋਈ ਨਹੀਂ ਮਿਲੂਗੀ, ਕਿਉਂਕਿ ਇਹਨਾਂ ਲੋਕਾਂ ਨੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਸਿੱਖ ਜਜ਼ਬਾਤਾਂ ਨੂੰ ਜਿੰਨਾ ਫਰਸੇ ਵਾਲੇ ਨੇ ਉਸ ਦਿਨ ਦੁਖੀ ਕੀਤਾ ਸੀ ਉਹਦੇ ਨੂੰ ਹਜ਼ਾਰਾਂ ਗੁਣਾ ਦੁਖੀ ਕੀਤਾ ਵਾ ਔਰ ਤਸੱਲੀ ਵਾਲੀ ਗੱਲ ਮੈਂ ਫੇਰ ਇੱਕ ਵਾਰੀ ਕਵਾਂ ਕਿ ਜਿੰਨਾ ਜਿਵੇਂ ਉਦਣ 2007 ਦੇ ਵਿੱਚ ਜਦੋਂ ਉਹ ਫੋਟੋਆਂ ਸਾਹਮਣੇ ਆਈਆਂ ਸੀਗੀਆਂ ਜਿਨ੍ਹਾਂ ਨੇ ਸਾਨੂੰ ਦੁਖੀ ਕੀਤਾ ਸੀ, ਅੱਜ ਵੀ ਸਾਰੀ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਗੁਰਸਿੱਖ ਬੈਠਾ ਚਾਹੇ ਕੋਈ ਸਿੱਖ ਮਰਿਆਦਾ ਤੋਂ ਦੂਰ ਆ ਕਿਸੇ ਕਾਰਨਾਂ ਕਰਕੇ, ਬਹੁਤ ਸਾਰੇ ਸਾਡਾ ਭਾਈਚਾਰਾ ਅਜੇ ਸਿੱਖੀ ਮਰਿਆਦਾ ਤੋਂ ਟੁੱਟਿਆ ਹੋਇਆ, ਹਾਂਜੀ ਉਹਨਾਂ ਨੇ ਵੀ ਉਹੀ ਪੀੜ, ਉਹੀ ਦਰਦ, ਉਹੀ ਦੁੱਖ ਝੱਲਿਆ, ਅੱਜ ਸਾਰੀ ਦੀ ਸਾਰੀ ਕੌਮ ਇੱਕ ਮੁੱਠ ਹੋ ਕੇ, ਇਕਜੁੱਟ ਹੋ ਕੇ ਹਰ ਇੱਕ ਹੀ ਹਾਏ ਹਾਏ ਕਲਾਪ ਕਰ ਰਿਹਾ ਔਰ ਇਹ ਜਿਹੜੇ ਬਾਦਲ ਦਲ ਦੇ ਨਾਲ ਸੰਬੰਧਿਤ ਬੰਦੇ ਨੇਗੇ ਜਿਨ੍ਹਾਂ ਜਿਸ ਦਲ ਨੇ ਜਿਸ ਪਰਿਵਾਰ ਨੇ ਇਹ ਕੰਮ ਕਰਾਇਆ ਉਹ ਵੀ ਇਸ ਦੁੱਖ ਦੇ ਵਿੱਚ ਇਸ ਚੀਜ਼ ਦੇ ਵਿੱਚ ਨਾਲ ਜਿਹੜੇ ਹੈਗੇ ਆ ਖੜੇ ਆ, ਬਤੌਰ ਸਿੱਖ ਜਿਹੜੀ ਹੈਗੀ ਆ ਸਾਰੀ ਦੁਨੀਆ ਹੀ ਇਸ ਚੀਜ਼ ਦੇ ਵਿੱਚ ਇਸ ਪੀੜ ਨੂੰ ਝੱਲ ਰਹੀ ਆ ਔਰ ਸਾਨੂੰ ਇਸ ਸਾਰੀ ਗੱਲ ਦਾ ਜ਼ਿੰਮੇਵਾਰੀ ਦਾ ਅਹਿਸਾਸ ਵਾ, ਸੋ ਅਸੀਂ ਕਾਲ ਦੇ ਵਿੱਚ ਆ ਕੇ ਜਾਂ ਜਜ਼ਬਾਤ ਦੇ ਵਿੱਚ ਆ ਕੇ, ਕਿਉਂਕਿ ਜੇ ਉਹ ਚਾਹੁੰਦੇ ਹੀ ਇਹ ਸੀ ਇਹੋ ਜਿਹੀ ਕੋਈ ਗੱਲ ਕਰੋ ਜਦੋਂ ਇਹ ਪ੍ਰਤੀਕਿਰਿਆ ਕਰਨ ਤਾਂ ਦੁਨੀਆ ਕਵੇ ਵੀ ਯਾਰ ਇਹ ਕੰਮ ਨਹੀਂ ਸੀ ਜਦੋਂ ਹੈਗਾ ਤੁਸੀਂ ਜਿਵੇਂ ਪ੍ਰਤੀਕਿਰਿਆ ਕੀਤੀ ਹੈ, ਸੋ ਅਸੀਂ ਠੰਮੇ ਦੇ ਨਾਲ ਕਰਾਂਗੇ, ਅੱਜ ਅਸੀਂ ਉੱਥੇ ਬੈਠਾਂਗੇ ਠੰਡੇ ਮਤੇ ਦੇ ਨਾਲ, ਅੱਜ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਾ ਰਹੇ ਹਾਂ ਔਰ ਅਸੀਂ ਚਾਹਵਾਂਗੇ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਿੱਖ ਬੈਠਾ ਹੈਗਾ ਉਹ ਪ੍ਰਤੀਕਿਰਿਆ ਦੇਣ ਲੱਗਿਆਂ ਇਸ ਗੱਲ ਦਾ ਖਿਆਲ ਰੱਖੇ ਕਿ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਾ ਪਹੁੰਚੇ, ਆਪਾਂ ਆਪਦੀ ਗੱਲ ਵੀ ਕਹੀਏ ਪਰ ਕੋਈ ਏਦਾਂ ਦੀ ਮੰਦਭਾਗੀ ਗੱਲ ਨਾ ਤੋਂ ਹੋ ਜਾਵੇ ਜਿਹਦੇ ਨਾਲ ਬਾਅਦ ਅਸੀਂ ਆਪਦੇ ਆਪ ਤੇ ਕਹੀਏ ਵੀ ਆਹ ਕੀ ਕਰ ਲਿਆ। ਜੀ ਜੀ ਅਮਰਪ੍ਰੀਤ ਜੀ, ਤੁਸੀਂ ਵਿਸ਼ਵਾਸ ਦੀ ਗੱਲ ਕੀਤੀ, ਸਾਨੂੰ ਆਪਣੀ ਪੰਥਕ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹਨਾਂ ਤੇ ਵਿਸ਼ਵਾਸ ਹੈਗਾ, ਪਰ ਜਿਸ ਤਰ੍ਹਾਂ ਜਥੇਦਾਰ ਅਕਾਲ ਤਖ਼ਤ ਸਾਹਿਬ ਜੋ ਸਾਡੇ ਪੰਜ ਤਖ਼ਤ ਹੋਣ, ਜਿਸ ਤਰ੍ਹਾਂ ਕਿਸ ਤਰ੍ਹਾਂ ਇਹਨਾਂ ਦੇ ਕਬਜ਼ੇ ਦੇ ਵਿੱਚ RSS ਦੇ ਜਾਂ ਫਿਰ ਸਾਡੀ ਸ਼੍ਰੋਮਣੀ ਕਮੇਟੀ ਕਿਸ ਤਰ੍ਹਾਂ ਕਬਜ਼ੇ ਦੇ ਵਿੱਚ ਹੈ, ਜਾਂ ਫਿਰ ਸਾਡੀ ਪੰਜਾਬ ਦੀ ਸਰਕਾਰ ਕਿਸ ਤਰ੍ਹਾਂ ਇਹਨਾਂ ਦੇ ਤਲਵੇ ਚੜ੍ਹਦੀ ਪਈ, ਆਪਣੇ ਗੋਡੇ ਟੇਕੇ ਹੋਏ ਨੇ, ਇਹਨਾਂ ਤੇ ਵਿਸ਼ਵਾਸ ਸਾਨੂੰ ਨਹੀਂ ਹੈ, ਪਰ ਕਿਸ ਤਰ੍ਹਾਂ ਇਹ ਪੰਥ ਤੋਂ ਬਾਗੀ ਹੋਏ ਨੇ, ਕਿਸ ਤਰ੍ਹਾਂ ਸਿਆਸੀ ਹੱਥਾਂ ਦੇ ਵਿੱਚ ਖੇਡ ਰਹੇ ਨੇ, ਸਾਨੂੰ ਇਹਨਾਂ ਤੇ ਵਿਸ਼ਵਾਸ ਨਹੀਂ, ਕਿਉਂਕਿ ਪਹਿਲੀ ਵਾਰ ਹਿਸਟਰੀ ਦੇ ਵਿੱਚ ਹੋਇਆ ਕਿ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਉਹਦੇ ਤੋਂ
ਵਰਡਸ ਯੂਜ਼ ਕੀਤਾ ਪਰ ਕਿਸ ਤਰ੍ਹਾਂ ਸਿੱਖ ਜਥੇਬੰਦੀਆਂ ਨੇ ਜਾਂ ਸਿੱਖਾਂ ਸਿੰਘਾਂ ਨੇ ਕਿਸ ਤਰ੍ਹਾਂ ਨੇ ਇਹਨਾਂ ਦੇ ਪੁਤਲੇ ਜਲਾਏ ਨੇ ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਇਹਨਾਂ ਦੇ ਪੁਤਲੇ ਜਲਾਏ ਗਏ ਨੇ ਐਂਡ ਅਫਕੋਰਸ ਅਸੀਂ ਗੱਲਬਾਤ ਕਰਦੇ ਸਾਨੂੰ ਫਰਕ ਪੈਂਦਾ ਇਹਨਾਂ ਚੀਜ਼ਾਂ ਦਾ ਇਹਨਾਂ ਨੇ ਤੁਹਾਨੂੰ ਕੀ ਲੱਗਦਾ ਕਿ ਅਸੀਂ ਜਦੋਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਚਾਹੁੰਦੇ ਕਿ ਤੁਸੀਂ ਜਾ ਰਹੇ ਹੋ ਉਸ ਵੇਲੇ ਅਕਾਲ ਤਖ਼ਤ ਸਾਹਿਬ ਤੇ ਅਨੰਦਪੁਰ ਸਾਹਿਬ ਪਰ ਜਿਸ ਤਰ੍ਹਾਂ ਅਸੀਂ ਗੱਲਬਾਤ ਕਰੋਗੇ ਇਹਨਾਂ ਦੇ ਉੱਪਰ ਕੋਈ ਫਰਕ ਪਏਗਾ ਤੁਹਾਨੂੰ ਲੱਗਦਾ ਕਿਉਂਕਿ ਇਹ ਤਾਂ ਆਲਰੇਡੀ ਵਿਕੇ ਹੋਏ ਨੇ ਅਸੀਂ ਅਕਾਲ ਤਖ਼ਤ ਸਾਹਿਬ ਦੀ ਤਾਂ ਅਫਕੋਰਸ ਉਸ ਚੀਜ਼ ਦੀ ਤਾਂ ਅਸੀਂ ਮਾਨਤਾ ਕਰਦੇ ਹਾਂ ਪਰ ਜਿਸ ਤਰ੍ਹਾਂ ਤੁਹਾਨੂੰ ਕੀ ਲੱਗਦਾ ਜਥੇਦਾਰ ਅਕਾਲ ਤਖ਼ਤ ਸਾਹਿਬ ਜਿਹੜੇ ਆ ਗਿਆਨੀ ਗੁਰਬਚਨ ਸਿੰਘ ਆ ਉਹ ਆਪਣੇ ਫੈਸਲੇ ਤੋਂ ਇਸ ਫੈਸਲਾ ਜਿਹੜਾ ਇੰਨਾ ਗਲਤ ਫੈਸਲਾ ਦਿੱਤਾ ਇਸ ਤੋਂ ਚੇਂਜ ਹੋਣਗੇ ਇਸ ਅਸੀਂ ਇਸੇ ਤਰ੍ਹਾਂ ਬੈਠੇ ਰਹੇ ਜਾਂ ਗੱਲਬਾਤ ਕਰਦੇ ਰਹੇ ਟਾਈਮ ਆਪਣੇ ਕੋਲੇ ਪੂਰਾ ਪੂਰਾ ਚੈਨਲ ਦੇ ਹਿਸਾਬ ਨਾਲ ਪਰ ਮੈਂ ਫਿਰ ਵੀ ਆਪਦੀ ਇੱਕ ਗੱਲ ਕਹਿਣੀ ਚਾਹਾਂਗਾ ਅਕਾਲ ਤਖ਼ਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਜਾਂ ਸਿੱਖ ਸੰਸਥਾਵਾਂ ਉੱਤੇ ਇਸ ਤਰੀਕੇ ਨਾਲ ਪਕੜ ਬਣਾ ਲੈਣ ਨਾਲ ਜਾਂ ਕਬਜ਼ਾ ਬਣਾ ਲੈਣ ਦੇ ਨਾਲ ਖਾਲਸਾਈ ਜੁਗਤ ਨੂੰ ਖਾਲਸਾਈ ਬਿਰਤੀ ਨੂੰ ਸਿੱਖ ਵਿਚਾਰਧਾਰਾ ਨੂੰ ਸਿੱਖ ਆਦਰਸ਼ਾਂ ਨੂੰ ਕੋਈ ਕਾਬੂ ਨਹੀਂ ਕਰ ਲੈਂਦਾ ਹੁੰਦਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਤੁਹਾਡੇ ਚੈਨਲ ਰਾਹੀਂ ਹੋਰ ਵੀਰਾਂ ਭੈਣਾਂ ਨੂੰ ਚੇਤੇ ਕਰਾਉਣਾ ਚਾਹਾਂਗਾ ਸਾਡੇ ਬੜੇ ਵਿਦਵਾਨ ਵੀਰ ਇਸ ਟਾਈਮ ਵੀ ਸੁਣ ਰਹੇ ਹੋਣਗੇ ਕਿ ਜਦੋਂ ਛੇਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਚ ਕੈਦ ਕਰ ਲਿਆ ਗਿਆ ਸੀ ਉਦੋਂ ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕਬਜ਼ਾ ਕਿੰਨਾ ਦਾ ਸੀ ਗੁਰੂ ਪੰਥ ਦੇ ਦੋਖੀਆਂ ਦਾ ਧੀਰ ਮੱਧੀਆਂ ਦਾ ਕਬਜ਼ਾ ਸੀ ਔਰ ਛੇਵੇਂ ਪਾਤਸ਼ਾਹ ਸੱਤਵੇਂ ਅੱਠਵੇਂ ਨੌਵੇਂ ਪਾਤਸ਼ਾਹ ਜਦੋਂ ਇੱਥੇ ਆਏ ਨੇ ਉਦੋਂ ਤੱਕ ਕਬਜ਼ਾ ਉਹਨਾਂ ਦਾ ਰਿਹਾ ਸਾਡੇ ਸਾਹਮਣੇ ਇਤਿਹਾਸ ਆ ਕਿ ਨੌਵੇਂ ਪਾਤਸ਼ਾਹ ਬਾਹਰ ਗੁਰਦੁਆਰਾ ਥੜਾ ਸਾਹਿਬ ਬਣਿਆ ਹੋਇਆ ਦਰਬਾਰ ਸਾਹਿਬ ਮੱਥਾ ਟੇਕਣ ਨਹੀਂ ਸੀ ਜਾ ਸਕੇ ਔਰ ਨੌਵੇਂ ਪਾਤਸ਼ਾਹ ਵੀ ਬਾਹਰੋਂ ਮੁੜ ਗਏ ਸੀ ਪਰ ਕੀ ਇਸ ਸਮੇਂ ਦੌਰਾਨ ਦਸਵੇਂ ਪਾਤਸ਼ਾਹ ਤਾਂ ਬਿਲਕੁਲ ਹੀ ਨਹੀਂ ਆਏ ਦਰਬਾਰ ਸਾਹਿਬ ਆਏ ਭਾਈ ਮਨੀ ਸਿੰਘ ਦੇ ਵੇਲੇ ਦੁਬਾਰਾ ਸਿੰਘਾਂ ਦਾ ਇੱਥੇ ਬੋਲਬਾਲਾ ਹੋਇਆ ਇੰਨੇ ਸਾਰੇ ਸਮੇਂ ਦੇ ਵਿੱਚ ਜਦੋਂ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਾਂ ਦਰਬਾਰ ਸਾਹਿਬ ਕੰਪਲੈਕਸ ਦੇ ਉੱਤੇ ਦੋਖੀਆਂ ਦਾ ਪੰਥ ਦੇ ਖਿਲਾਫ਼ ਚੱਲਣ ਵਾਲੇ ਲੋਕਾਂ ਦਾ ਸੀਗਾ ਇੱਥੇ ਬੋਲਬਾਲਾ ਕੀ ਉਦੋਂ ਸਿੱਖਾਂ ਦੀ ਜਿਹੜੀ ਵਿਚਾਰਧਾਰਾ ਸੀ ਜਾਂ ਸਿੱਖ ਆਦਰ ਸੀਗੇ ਉਹ ਕੋਈ ਇਹਨਾਂ ਦੇ ਗੁਲਾਮ ਹੋ ਗਏ ਸੀ ਬਿਲਕੁਲ ਨਹੀਂ ਸੀ ਹੋਏ ਉਸ ਤੋਂ ਬਾਅਦ ਵਿੱਚ ਆਪਣੇ ਸਾਹਮਣੇ ਆ ਕਿ ਇੱਥੇ ਅਨੇਕਾਂ ਵਾਰ ਇਹੋ ਜਿਹੀਆਂ ਬਿਰਤੀਆਂ ਵਾਲੇ ਲੋਕ ਜਿਨ੍ਹਾਂ ਦਾ ਪੰਥ ਨਾਲ ਉਲਟ ਰਵੱਈਆ ਹੁੰਦਾ ਕਾਬਜ ਹੁੰਦੇ ਆਏ ਨੇ 1984 ਦੇ ਮੌਕੇ ਵੀ ਇਹੋ ਜਿਹੀ ਰਕਾਬਜ ਸੀਗੀ ਪਰ ਆਪਾਂ ਦੇਖਿਆ ਕਿ 1986 ਤੱਕ ਆਉਂਦਿਆਂ ਹੋਇਆਂ ਇਹੋ ਜਿਹੇ ਹਾਲਾਤ ਬਣ ਗਏ ਸੀ ਖਾਲਸਾ ਪੰਥ ਨੇ ਸਰਬੱਤ ਖਾਲਸਾ ਕਰਕੇ ਉਹਨਾਂ ਸਾਰਿਆਂ ਬੰਦਿਆਂ ਨੂੰ ਪਾਸੇ ਕਰ ਦਿੱਤਾ ਸੀ ਤੇ ਆਪਦੀ ਜਿਹੜੀ ਸਿੱਖੀ ਦੇ ਆਦਰਸ਼ਾਂ ਦੇ ਅਨੁਸਾਰ ਭਾਈ ਗੁਰਦੇਵ ਸਿੰਘ ਕੌਂਕੇ ਵਰਗੀਆਂ ਮਹਾਨ ਹਸਤੀਆਂ ਨੂੰ ਅਕਾਲ ਤਖ਼ਤ ਦੇ ਜਥੇਦਾਰ ਲਾਇਆ ਸੀ ਅੱਜ ਸਾਡੀ ਕੌਮ ਦੇ ਅੰਦਰ ਸਮੇਂ ਦੇ ਨਾਲ ਨਾਲ ਬਹੁਤ ਕੁਛ ਭਾਵੇਂ ਕਮਜ਼ੋਰੀਆਂ ਬਹੁਤ ਸਾਰਾ ਨਿਗਾਰ ਆਇਆ ਹੋਇਆ ਪਰ ਅੱਜ ਵੀ ਜੇ ਸਿੱਖ ਜਗਤ ਨੇ ਸਰਬੱਤ ਖਾਲਸੇ ਦਾ ਸੱਦਾ ਦਿੱਤਾ ਤੇ ਜੇਕਰ ਪ੍ਰਬੰਧਕਾਂ ਵੱਲੋਂ ਸਾਡੇ ਸਾਰਿਆਂ ਵੱਲੋਂ ਜ਼ਿੰਮੇਵਾਰੀ ਨਾਲ ਕਾਰਜ ਕੀਤਾ ਜਾਵੇ ਤਾਂ ਇਹ ਜਿਹੜੇ ਗੁਰਬਚਨ ਸਿੰਘ ਵਰਗੀਆਂ ਇਹ ਚੀਜ਼ਾਂ ਕੀ ਨੇ ਇਹੋ ਇਹਦੇ ਨਾਲ ਵੱਡੀਆਂ ਜਿਹੜੀਆਂ ਧੀਰ ਮੱਧੀਆਂ ਦੇ ਮਗਰ ਭਾਰਤੀ ਹਕੂਮਤ ਉਵੇਂ ਖੜੀ ਸੀ ਜਿਵੇਂ ਇਹਨਾਂ ਦੇ ਮਗਰ ਬਾਦਲ ਪਰਿਵਾਰ ਤੇ ਦਿੱਲੀ ਦੀ ਆਰਐਸਐਸ ਤੇ ਹੋਰ ਸਾਰੀ ਹਕੂਮਤੀ ਢਾਂਚਾ ਖੜਾ ਇਹ ਵੀ ਪਹਾੜੇ ਨਹੀਂ ਥਿਆਉਣਗੇ ਸੋ ਖਾਲਸਾ ਪੰਥ ਨੂੰ ਇੱਕ ਮੁੱਠ ਇਕਜੁੱਟ ਹੋ ਕੇ ਕੌਮੀ ਜਜ਼ਬਾਤਾਂ ਦੀ ਤਰਜਮਾਨੀ ਕਰਦਿਆਂ ਹੋਇਆਂ ਆਪਦੀ ਜ਼ਿੰਮੇਵਾਰੀ ਗੁਰੂ ਪੰਥ ਨੂੰ ਸਨਮੁੱਖ ਰੱਖ ਕੇ ਕਰਨੀ ਚਾਹੀਦੀ ਆ ਇਸੇ ਤਰੀਕੇ ਦੇ ਹਾਲਾਤ ਜਿਹੜੇ ਸੀਗੇ ਇੱਕ ਵਾਰੀ ਬਣੇ ਸੀ ਜਦੋਂ ਵੱਡੇ ਘੱਲੂ ਘਾਰੇ ਦੇ ਮੌਕੇ ਦਸ਼ਮੇਸ਼ ਪਾਤਸ਼ਾਹ ਦੇ ਹੱਥਾਂ ਨਾਲ ਲਿਖੀ ਹੋਈ ਬੀੜ ਸੀ ਸਿੰਘਾਂ ਕੋਲੇ ਤੇ ਚਾਰੇ ਪਾਸੋਂ ਗੋਲੀਆਂ ਵੱਜ ਰਹੀਆਂ ਔਰ ਦਸੀ ਨੇ ਘੇਰਾ ਪਾਇਆ ਹੋਇਆ ਕਤਲਿਆਂ ਸਿੱਖਾਂ ਦਾ ਹੋ ਰਿਹਾ ਔਰ ਦਸ਼ਮੇਸ਼ ਪਾਤਸ਼ਾਹ ਦੇ ਹੱਥਾਂ ਨਾਲ ਲਿਖੀ ਹੋਈ ਬੀੜ ਦਾ ਕਿੰਨਾ ਮੁੱਲ ਆ ਗੁਰੂ ਦੀ ਨਿਗਾਹ ਖਾਲਸੇ ਦੀ ਨਿਗਾਹ ਚ ਉੱਥੇ ਇੱਕ ਥਾਂ ਤੇ ਟਿਕਾ ਕੇ ਬੀੜ ਅਰਦਾਸ ਕਰ ਦਿੱਤੀ ਸੀ ਕਿ ਕਹਿਤਾ ਸੀ ਕਿ ਪੰਥ ਕੀ ਰਹੇਗੀ ਤੋ ਗ੍ਰੰਥ ਕੀ ਰਹੇਗੀ ਨਾਥ ਪੰਥ ਹੀ ਨਾ ਰਹਾ ਤੋ ਗ੍ਰੰਥ ਕੌਣ ਮਾਨੇਗਾ ਕਹਿੰਦੇ ਕਲਗੀਆਂ ਵਾਲਿਆ ਪਾਤਸ਼ਾਹ ਅੱਜ ਤੇਰੇ ਗੁਰੂ ਦੇ ਪੰਥ ਉੱਤੇ ਅੱਜ ਇਹੋ ਜਿਹਾ ਮਾੜਾ ਸਮਾਂ ਆ ਗਿਆ ਅੱਜ ਤੇਰੇ ਗ੍ਰੰਥ ਦੀ ਰਾਖੀ ਕਰਨ ਜੋਗੇ ਨਹੀਂ ਰਹੇ ਅੱਜ ਸਾਡੀ ਸਮਰੱਥਾ ਨਹੀਂ ਬਚੀ ਸਾਡੀ ਸ਼ਕਤੀ ਨਹੀਂ ਬਚੀ ਤੁਸੀਂ ਸਾਡੇ ਤੇ ਕਿਰਪਾ ਕਰੋ ਜੇ ਪੰਥ ਬਚੂਗਾ ਤਾਂ ਤੇਰਾ ਗ੍ਰੰਥ ਵੀ ਬਚਾ ਲਾਂਗੇ ਤੇਰਾ ਗ੍ਰੰਥ ਲੈ ਔਰ ਲੈ ਕੇ ਆਂਦਾ ਵੀ ਬਾਅਦ ਚ ਇਤਿਹਾਸ ਵਿੱਚ ਦਰਜ ਵਾ ਵੀ ਓਕੇ ਜਿਹੜਾ ਗ੍ਰੰਥ ਚੋਂ ਲੈ ਕੇ ਕਿਵੇਂ ਆਂਦਾ ਸੋ ਅੱਜ ਵੀ ਸਾਡੀ ਅਰਦਾਸ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਇਹੀ ਆ ਵੀ ਕਲਗੀਧਰ ਪਾਤਸ਼ਾਹ ਜੀਓ ਇਹ ਦਸ਼ਮੇਸ਼ ਪਾਤਸ਼ਾਹ ਜੀਓ ਇਹ ਛੇਵੇਂ ਪਾਤਸ਼ਾਹ ਜਿਹੜੇ ਤਖ਼ਤ ਦੇ ਬਾਲੀ ਵਾਰਸ ਮਾਲਕ ਹੈ ਇਹ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਇਹੋ ਜਿਹੀ ਸ਼ਕਤੀ ਤੇ ਸਮਰੱਥਾ ਬਖਸ਼ੋ ਜਿਹਦੇ ਨਾਲ ਅਸੀਂ ਇੱਥੇ ਇਹੋ ਜਿਹੀਆਂ ਸੱਚੀਆਂ ਸੁੱਚੀਆਂ ਇਹ ਸੱਚੇ ਦਾ ਤਖ਼ਤ ਹੈ ਤੇ ਸੱਚੀਆਂ ਰੂਹਾਂ ਬਿਠਾ ਸਕੀਏ ਤੇ ਸੱਚੇ ਫੈਸਲੇ ਹੋ ਸਕਣ ਤੇ ਜੇਕਰ ਸਾਡੇ ਚ ਸ਼ਕਤੀ ਪੰਥ ਚ ਸ਼ਕਤੀ ਹੋਏਗੀ ਤਾਂ ਉਹ ਸ਼ਕਤੀ ਹੀ ਇਸ ਸੱਚੀ ਗੱਲ ਨੂੰ ਲਾਗੂ ਕਰ ਸਕੇਗੀ ਤੇ ਜਿਵੇਂ ਸਿੰਘਾਂ ਨੇ ਇਤਿਹਾਸ ਤੋਂ ਅੱਗੇ ਪ੍ਰੇਰਨਾ ਲਈ ਆ ਸਾਡੇ ਤੋਂ ਤੇ ਉਹ ਪ੍ਰੇਰਨਾ ਸਾਡੇ ਲਈ ਵੀ ਅੱਜ ਵੀ ਕੰਮ ਕਰਦੀ ਆ ਅਸੀਂ ਗੁਰੂ ਦੇ ਸੱਚੇ ਸੁੱਚੇ ਸਿੰਘ ਬਣ ਕੇ ਗੁਰੂ ਦੀਆਂ ਜਿਹੜੀਆਂ ਲਾਸੀਆਂ ਫੌਜਾਂ ਨੇ ਪਿਆਰ ਸਤਿਕਾਰ ਦੇ ਨਾਲ ਇਹ ਜੰਗ ਜਿੱਤਾਂਗੇ ਹਾਂਜੀ ਬਿਲਕੁਲ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਜਿਹੜਾ ਇਹ ਮੇਨ ਵਿਸ਼ਾ ਸੀਗਾ ਇਸ ਦੇ ਉੱਪਰ ਪੂਰੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਅਸੀਂ ਤੁਹਾਡੇ ਡਿਸੀਜਨ ਦੇ ਨਾਲ ਖੜੇ ਹਾਂ ਅਸੀਂ ਚਾਹਾਂਗੇ ਕਿ ਖਾਲਸੇ ਦੀ ਇਸ ਵੇਲੇ ਜਿੱਤ ਹੋਵੇ ਐਂਡ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਫੈਸਲਾ ਹੈ ਉਹ ਆਪਣਾ ਫੈਸਲਾ ਵਾਪਸ ਲੈਣ ਸੋ ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਇਸ ਮੁੱਦੇ ਦੇ ਉੱਪਰ ਪੂਰੇ ਵੇਰਵੇ ਸਹਿਤ ਆਪਣੇ ਵਿਚਾਰ ਸਾਡੇ ਦਰਸ਼ਕਾਂ ਸਾਂਝੇ ਕੀਤੇ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
व्यूअर्स इस दे नाल असीं तुहाडे कोई विजात लैंदे आ कल मिलांगे सेम टाइम सेम शो ते तद तक लई वाहिगुरू जी का खालसा वाहिगुरू जी की फतेह।